ਇਹ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਘਾ ਨਿੱਘਾ ਸਵਾਗਤ ਹੈ ਜੀ। ਸੋ ਕੁਰਾਲੀ ਸ਼ਹਿਰ ਦੇ ਵਿੱਚ ਅੱਜ ਪਹੁੰਚੇ ਹਾਂ ਅਸੀਂ ਸਬਜ਼ੀ ਮੰਡੀ ਦੇ ਵਿੱਚ। ਸਬਜ਼ੀ ਮੰਡੀ ਦੇ ਵਿੱਚ ਜੋ ਇੱਕ ਸਰਦਾਰ ਜੀ ਨੇ, ਸੋ ਉਹਨਾਂ ਦੀ ਇੱਕ ਦੁਕਾਨ ਹੈ, ਇਹ ਇੱਕ ਰੇਹੜੀ ਵੀ ਕਹਿ ਸਕਦੇ ਹਾਂ, ਜਿਵੇਂ ਸੈਣੀ ਬਰਗਰ ਪੁਆਇੰਟ। ਸੋ ਇਹ ਸੈਣੀ ਬਰਗਰ ਪੁਆਇੰਟ ਜੋ ਸਰਦਾਰ ਜੀ ਆਪਣਾ ਇੱਥੇ ਇਹ ਬਰਗਰ ਵੇਚਦੇ ਨੇ, ਸੈਂਡਵਿਚ ਵੇਚਦੇ ਨੇ ਅਤੇ ਪਾਓ ਭਾਜੀ ਵੀ ਬਣਾਉਂਦੇ ਨੇ। ਸੋ ਇੱਕ ਸਰਦਾਰ ਹੋਣ ਦੇ ਨਾਤੇ ਇਹ ਜੋ ਇਹ ਕੰਮ ਕਰ ਰਹੇ ਨੇ, ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਅਤੇ ਇੱਥੇ ਕਾਫੀ ਰਸ਼ ਵੀ ਦੇਖਣ ਨੂੰ ਮਿਲਦਾ ਹੈ ਇਹਨਾਂ ਦੀ ਰੇਹੜੀ 'ਤੇ, ਲੋਕ ਖਾਣ ਵੀ ਬਹੁਤ ਆਉਂਦੇ ਹੈ। ਆਪਾਂ ਗਾਹਕਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਅਤੇ ਸੈਣੀ ਸਾਹਿਬ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਕੀ ਇਹਨਾਂ ਦਾ ਕਹਿਣਾ ਅਤੇ ਕੀ ਇਹਨਾਂ ਦੀ ਕੁਆਲਿਟੀ ਦੇ ਵਿੱਚ ਕੀ ਹੈ, ਕਿਉਂ ਇੱਥੇ ਇਹ ਬਰਗਰ ਸੈਂਡਵਿਚ ਆ ਕੇ ਲੋਕ ਖਾਂਦੇ ਨੇ। ਆਓ ਫਿਰ ਦਿਖਾਉਂਦੇ ਹਾਂ ਤੁਹਾਨੂੰ ਇਹ ਪੂਰੀ ਜਾਣਕਾਰੀ। ਕੀ ਨਾਮ ਹੈ ਬੇਟਾ? ਹਿਨਾਇਆ। ਕਿੱਥੋਂ ਆਏ ਤੁਸੀਂ? ਆਪਾਂ ਕੁਰਾਲੀ ਤੋਂ। ਕੁਰਾਲੀ ਤੋਂ ਅੱਜ ਕਿੱਥੇ ਆਏ ਆ ਪਤਾ? ਸਬਜ਼ੀ ਮੰਡੀ ਵਿੱਚ ਆਏ ਆ। ਸਬਜ਼ੀ ਮੰਡੀ 'ਚ ਕੀ ਖਾ ਰਹੇ ਤੁਸੀਂ? ਆਪਾਂ ਪਾਓ ਭਾਜੀ ਖਾ ਰਹੇ ਆ। ਅੱਛਾ, ਇਹ ਕਿਹੜੀ ਦੁਕਾਨ ਤੇ? ਸੈਣੀ ਅੰਕਲ ਦੀ ਦੁਕਾਨ ਤੇ। ਸੈਣੀ ਅੰਕਲ ਦੀ। ਅੱਛਾ, ਇਹ ਤੁਹਾਨੂੰ ਕਿਵੇਂ ਲੱਗਦੀ ਹੈ? ਸਵਾਦ ਲੱਗਦੀ ਆ? ਸਵਾਦ ਬਹੁਤ ਸਵਾਦ। ਬਹੁਤ ਸਵਾਦ, ਟੇਸਟੀ ਹੁੰਦੀ ਆ। ਹਾਂਜੀ। ਅੱਛਾ, ਤੇ ਪੈਸੇ ਤਾਂ ਪਾਪਾ ਦਿੰਦੇ ਹੋਣੇ ਆ? ਹਾਂਜੀ। ਪੈਸੇ ਦਾ ਤਾਂ ਪਤਾ ਤੁਹਾਨੂੰ? ਹਾਂਜੀ। ਕਿਤੇ ਹੋਰ ਵੀ ਖਾਧੀ ਆ ਤੁਸੀਂ ਪਾਓ ਭਾਜੀ? ਔਰ ਕਿੱਥੇ ਨਹੀਂ ਖਾਧੀ, ਆਪਾਂ ਹਫਤੇ ਬਾਅਦ ਇੱਥੇ ਹੀ ਆਉਂਦੇ 2 ਦਿਨ
ਅੱਛਾ, ਹਫ਼ਤੇ ਬਾਅਦ ਤੁਸੀਂ ਇੱਥੇ ਆ ਜਾਂਦੇ ਹੋ? ਹਫ਼ਤੇ 'ਚ ਦੋ ਵਾਰੀ ਵੀ ਆ ਜਾਂਦੇ ਆ? ਹਾਂ, ਦੋ ਵਾਰੀ ਵੀ ਆ ਜਾਂਦੇ ਆ। ਅੱਛਾ, ਠੀਕ ਹੈ। ਸੋ ਕੀ ਕਹੋਗੇ ਫਿਰ ਸੈਣੀ ਅੰਕਲ ਬਾਰੇ? ਸੈਣੀ ਅੰਕਲ ਬਹੁਤ ਸਵਾਦ ਪਾਓ ਭਾਜੀ ਬਣਾਉਂਦੇ, ਔਰ ਮੈਂ ਇੱਕ ਹਫ਼ਤੇ ਬਾਅਦ ਦੋ ਦਿਨ ਆ ਜਾਂਦੀ ਹਾਂ ਖਾਣੇ। ਓਕੇ, ਥੈਂਕ ਯੂ। ਥੈਂਕ ਯੂ। ਕੀ ਨਾਮ ਹੈ ਤੁਹਾਡਾ? ਸ਼ੁਭਮ ਹੈ ਜੀ। ਅੱਜ ਤੁਸੀਂ ਕਿੱਥੇ ਆਏ? ਆਪਣਾ ਸੈਣੀ ਬਰਗਰ ਵਾਲੇ ਕੋਲ ਜੀ। ਅੱਛਾ ਜੀ। ਹਾਂਜੀ। ਤੁਸੀਂ ਇਹਨਾਂ ਦੇ ਬਰਗਰ ਖਾਂਦੇ ਆ? ਬਿਲਕੁਲ ਜੀ। ਪਹਿਲਾਂ ਵੀ ਖਾਂਦੇ ਆ? ਹਾਂਜੀ ਹਾਂਜੀ। ਕਿਵੇਂ ਲੱਗਦਾ ਤੁਹਾਨੂੰ? ਬਹੁਤ ਵਧੀਆ ਜੀ, ਬਿਲਕੁਲ ਮੈਕਡੀ ਵਾਲਾ ਜਿਵੇਂ ਹੁੰਦਾ ਨਹੀਂ, ਪੂਰੀ ਫੀਲ ਹੋਇਆ ਜੀ। ਅੱਛਾ ਜੀ, ਠੀਕ ਹੈ। ਰੇਟ 'ਚ? ਰੇਟ ਵੀ ਜਾਇਜ਼ ਨੇ ਜੀ। ਰੇਟ ਵੀ ਜਾਇਜ਼? ਜਾਇਜ਼। ਪਹਿਲਾਂ ਖਾਂਦੇ ਰਹਿੰਦੇ ਹੋ? ਹਾਂਜੀ ਹਾਂਜੀ, ਅੰਕਲ ਕੋਲ ਆਉਂਦੇ ਜੀ। ਮੇਰਾ ਮਤਲਬ ਇੱਕ ਯਾਰ ਦੋਸਤ ਹੈ ਨੰਗਲ ਦਾ ਜੀ, ਉਹ ਵੀ ਇੱਥੇ ਆਉਂਦਾ ਆਲਮੋਸਟ ਕਈ ਵਾਰੀ, ਤਾਂ ਜਿਵੇਂ ਮਤਲਬ ਮੈਨੂੰ ਮਿਲਣ ਆ ਗਿਆ ਜਾਂ ਘੁੰਮਣ ਫਿਰਨ ਆ ਗਿਆ ਤਾਂ ਇੱਥੇ ਦਿਖਾ ਕੇ ਜਾਂਦੇ। ਵਾਹ ਜੀ ਵਾਹ, ਨੰਗਲ ਤੋਂ ਆਉਂਦਾ? ਹਾਂਜੀ। ਕੀ ਬਾਤ ਹੈ। ਸੋ ਕੀ ਕਹੋਗੇ ਫਿਰ ਆਪਾਂ ਗਾਹਕਾਂ ਨੂੰ? ਮੈਂ ਕਹਿਣਾ ਚਾਹੂੰਗਾ ਕਿ ਇੱਥੇ ਆ ਕੇ ਖਾਣਾ ਚਾਹੀਦਾ, ਇੱਕ ਵਾਰੀ ਮਸਟ ਟਰਾਈ, ਮਸਟ ਟਰਾਈ ਜੀ, ਇੱਕ ਵਾਰੀ ਟੇਸਟ ਕਰਨਾ ਚਾਹੀਦਾ, ਇੱਕ ਅਲਟੀਮੇਟ ਚੀਜ਼ ਹੈ ਜੀ। ਥੈਂਕ ਯੂ। ਠੀਕ ਹੈ ਜੀ। ਵੀਰ ਜੀ, ਆਪਣਾ ਨਾਮ ਕੀ ਹੈ ਜੀ? ਜੀ, ਦਵਿੰਦਰ ਸਿੰਘ ਜੀ। ਜੀ ਹਾਂ। ਸੋ ਤੁਸੀਂ ਇਹ ਕੁਰਾਲੀ ਦੇ ਵਿੱਚ ਇਹ ਬਰਗਰਾਂ ਦਾ ਕੰਮ ਕਰਦੇ ਹੋ ਅਤੇ ਨਾਲ ਪਾਓ ਭਾਜੀ ਦਾ ਵੀ ਕਰਦੇ ਹੋ? ਸੈਂਡਵਿਚ ਦਾ ਵੀ ਕਰਦੇ ਹੋ? ਠੀਕ ਹੈ ਜੀ। ਸੋ ਤੁਸੀਂ ਸਰਦਾਰ ਹੋਣ ਦੇ ਨਾਤੇ ਮਤਲਬ ਕਿ ਇਹ ਕੰਮ ਮਤਲਬ ਕਿ ਕਿਸ ਤਰ੍ਹਾਂ ਚੁਣਿਆ, ਤੁਹਾਨੂੰ ਕਿਸ ਤਰ੍ਹਾਂ ਇਹ ਕੰਮ ਦਾ ਸ਼ੌਕ ਪਿਆ? ਸ਼ੌਕ ਤਾਂ ਜੀ ਕੋਈ ਨਹੀਂ ਹੁੰਦਾ, ਤਾਂ ਮਜ਼ਬੂਰੀਆਂ ਵੀ ਕਰਾ ਦਿੰਦੀਆਂ ਕੁਛ ਕੁਛ, ਬੰਦੇ ਕੋਈ ਕੰਮ ਨਾ ਹੋਵੇ, ਬੰਦੇ ਨੂੰ ਕੰਮ ਤਾਂ ਕੋਈ ਨੂੰ ਕੋਈ ਕਰਨਾ ਹੀ ਚਾਹੀਦਾ, ਮੰਗਣੇ ਨਾਲ ਤਾਂ ਕੰਮ ਕਰਨਾ ਠੀਕ ਹੈ ਜੀ। ਜੀ ਠੀਕ ਹੈ ਜੀ। ਇਸ ਕਰਕੇ ਆਪਾਂ ਕੁਝ ਦੇਖਿਆ ਨਹੀਂ ਜੀ, ਆਪਾਂ ਸਿਰਫ ਦੇਖਿਆ ਆਪਣੇ ਬੱਚੇ ਪਾਲਣੇ ਵਾਲੇ ਕੰਮ ਕਰਨਾ ਹੈ ਬਸ, ਕੋਈ ਵੀ ਹੋਇਆ ਜੀ, ਚਾਹੇ ਮੂਰਤੀ ਬਣ ਜਾਈਏ ਚਾਹੇ। ਅੱਛਾ ਜੀ, ਪਰ ਆਪਾਂ ਇਹ ਕੰਮ ਚਾਹੁੰਦੇ ਹਾਂ ਆਪਾਂ ਕਰੇ। ਸੋ ਤੁਹਾਡੇ ਬਰਗਰ ਇਹ ਕਾਫੀ ਮਸ਼ਹੂਰ ਨੇ, ਤੁਸੀਂ ਮਟੀਰੀਅਲ ਕਿਹੜਾ ਕਿਹੜਾ ਪਾਉਂਦੇ ਹੋ, ਇਹ ਕੀ ਗੱਲ ਹੈ? ਮਤਲਬ ਕਿ ਅਸੀਂ ਗਾਹਕਾਂ ਨੂੰ ਵੀ ਪੁੱਛਿਆ, ਤੁਹਾਡੀ ਕੁਆਲਿਟੀ ਵੀ ਬਹੁਤ ਵਧੀਆ। ਆਪਣੀ ਜਿਹੜਾ ਵੀ ਸਮਾਨ ਬਣਨਾ ਸਾਰੀ ਮੱਖਣ 'ਚ ਬਣਨਾ ਹੈ, ਚਾਹੇ ਬਰਗਰ 35 ਵਾਲਾ, ਚਾਹੇ 100 ਵਾਲਾ, ਚਾਹੇ ਮੂਲ ਬਟਰ ਬਣਾ ਲਓ, ਚਾਹੇ ਦੇਲਾ ਮਰਜ਼ੀ ਬਣਾ ਲਓ ਜੀ, ਉਹ ਸਾਰਾ ਮੱਖਣ 'ਚ ਸਾਰਾ ਕੁਝ ਬਣਨਾ। ਔਰ ਜਿਹੜੀ ਸੋਸਾਂ ਹੁੰਦੀਆਂ ਸਾਰੀਆਂ ਵੀਵਾ ਦੀਆਂ ਹੁੰਦੀਆਂ, ਇਹ ਕੋਈ ਵੀ ਸੋਸ ਦੇਸੀ ਨਹੀਂ ਹੈਗੀ, ਜੋ ਲਿਖਿਆ ਉਹੀ ਸਭ ਕੁਝ ਦੇਣਾ। ਅੱਛਾ ਜੀ। ਹਾਂ, ਔਰ ਆਉਣ ਦੇ ਪਹਿਲਾਂ 4 ਵਾਰ ਤਬਾਹ ਧੋਗੇ ਫਿਰ ਕੰਮ ਸ਼ੁਰੂ ਕਰਨਾ, ਮੱਖਣ ਨਾਲ ਵੀ ਤਬਾਹ ਧੋਈਦਾ। ਅੱਛਾ ਜੀ। ਸਫਾਈ ਵੀ ਦੇਖ ਰਹੇ ਹਾਂ ਅਸੀਂ, ਸਫਾਈ ਵੀ ਬਹੁਤ ਰੱਖੀ ਹੋਈ ਹੈ, ਸਫਾਈ ਵਧੀਆ ਕਰਕੇ ਵੀ ਸਮਾਨ ਸ਼ੁਰੂ ਕੰਮ ਕਰਦਾ ਜੀ, ਜੋ ਵੀ ਹੈ ਬਸ ਵਧੀਆ ਹੀ ਕੰਮ ਚੀਜ਼ ਦੇਣੀ ਹੈ ਜੀ, ਸਾਫ਼ ਸੁਥਰੀ ਹੋਵੇਗੀ ਤਾਂ ਇੱਦਾਂ ਸਾਡੇ ਬੱਚੇ ਖਾਂਦੇ, ਉੱਦਾਂ ਹੀ ਅਸੀਂ ਬਹੁਤ ਬੱਚੇ ਨੂੰ ਖਿਲਾਵਾਂਗੇ। ਬਿਲਕੁਲ। ਹਾਂਜੀ, ਕਿਉਂਕਿ ਤੁਹਾਡੀਆਂ ਜਿਹੜੀਆਂ ਸਬਜ਼ੀਆਂ ਨੇ ਵਿੱਚ ਤੁਸੀਂ ਟਮਾਟਰ ਪਾਉਂਦੇ ਹੋ, ਖੀਰਾ ਪਾਉਂਦੇ ਹੋ, ਇਹ ਵੀ ਤੁਸੀਂ ਸਾਹਮਣੇ ਰੱਖੇ ਹੋਏ ਆ? ਸਾਹਮਣੇ ਰੱਖੇ। ਹਾਂਜੀ, ਇਹ ਤੁਸੀਂ ਸਾਰਾ ਦੇਣੀ, ਜਦੋਂ 350 ਰੁਪਏ ਕਿਲੋ ਟਮਾਟਰ ਜਦ ਵੀ ਪਾਏ ਆ ਜੀ, ਜੀ ਲੋਕਾਂ ਨੇ ਮੈਕੜੀ ਨੇ ਵੀ ਕੱਢਦੇ ਜੀ ਟਮਾਟਰ ਪਾਉਣੇ ਨਹੀਂ ਇਹ, ਲੇਕਿਨ ਆਪਾਂ ਨੇ ਜਦ ਵੀ ਪਾਏ ਆ, ਕੁਆਲਿਟੀ ਦੇਣੀ ਹੈ, ਕੁਆਲਿਟੀ ਦੇ ਬਿਨਾਂ ਕੁਛ ਨਹੀਂ, ਪੈਸੇ ਘੱਟ ਵਜਾਉਣੇ, ਬੰਦੇ ਜ਼ਿਆਦਾ ਕਮਾਉਣੇ ਆ, ਬਸ ਇਹੀ ਸੋਚਿਆ ਹੋਇਆ ਜੀ। ਹਾਂ। ਸੋ ਕਿਸ ਤਰ੍ਹਾਂ ਕੰਮ ਫਿਰ ਵਧੀਆ ਚੱਲ ਰਿਹਾ? ਕੰਮ ਠੀਕ, ਰੋਟੀ ਪਾਣੀ ਮਹਾਰਾਜ ਕਿਰਪਾ ਬਾਬੇ ਨਾਨਕ ਦੀ ਵਧੀਆ ਜੀ। ਹਾਂਜੀ, ਆਪਾਂ ਪੰਜਾਬੀ ਬੰਦੇ ਨੂੰ ਇਹੀ ਕਿਹਾ, ਆਪਣਾ ਕੰਮ ਇੱਥੇ ਕਰਕੇ ਰਹਿ ਕੇ ਕਰਕੇ ਦੇਖੋ, ਇਹ ਵਧੀਆ ਕੰਮ ਹੈਗਾ ਸਾਰੇ, ਚਾਹੇ 2 ਪੈਸੇ ਅਮੈਰੀਕਾ ਤੋਂ ਘੱਟ ਕਮਾ ਲਓ, ਲੇਕਿਨ ਇੱਥੇ ਕਮਾਓ ਜੀ। ਹਾਂ, ਤੁਸੀਂ ਜਾਣੀ ਸੰਤੁਸ਼ਟ ਹੈ, ਖੁਸ਼ ਹੈ ਇਸ ਕੰਮ? ਆਪਾਂ ਖੁਸ਼ ਹੈ ਜੀ। ਹਾਂਜੀ, ਬਿਲਕੁਲ ਖੁਸ਼ ਹੈ ਜੀ ਜੀ। ਜੋਬਲੈਸ ਹੋਣ ਦੇ ਬਾਅਦ ਆਪਾਂ ਨੇ ਇਹ ਕੰਮ ਸ਼ੁਰੂ ਕਰ ਲਿਆ, ਠੀਕ ਹੈ ਜੀ, ਬਸ ਬਿਲਕੁਲ। ਸੋ ਕੁਝ ਗਾਹਕ ਤੁਹਾਡੇ ਪੱਕੇ ਵੀ ਗਾਹਕ ਹੋਣੇ ਆ? ਹਾਂਜੀ, 7 ਵਜੇ ਤੋਂ ਬਾਅਦ ਗਾਹਕ ਆਪਣੇ ਸਾਰੇ ਪੱਕੇ ਹੀ ਆਉਂਦੇ ਆ ਜੀ, ਬਾਹਰ ਤੋਂ ਚਮਕੌਰ ਸਾਹਿਬ ਤੱਕ ਤੋਂ ਬਾਅਦ ਗਾਹਕ ਆਉਂਦੇ ਆ ਆਪਣੇ ਕੋਲ। ਅੱਛਾ ਜੀ। ਹਾਂਜੀ, ਉਹਨਾਂ ਨੇ ਪਰਮਾਨੈਂਟ ਰੋਜ਼ ਆਉਣਾ ਹੀ ਆਉਣਾ, 15-16 ਗਾਹਕ ਬਰਗਰ ਲੈਣ ਵਾਸਤੇ। ਓਕੇ। ਹਾਂਜੀ, ਸੋ ਇੱਕ ਗਾਹਕ ਤੁਹਾਡੇ ਤੋਂ ਲੈ ਕੇ ਗਿਆ ਸੀ ਕੁਝ ਬਰਗਰ ਜਾਂ ਪਤਾ ਨਹੀਂ ਕੀ ਪੈਕ ਕਰਾ ਕੇ, ਅਤੇ ਉਹਨੇ ਦੱਸਿਆ ਕਿ ਮੇਰਾ ਦੋਸਤ ਨੰਗਲ ਤੋਂ ਵੀ ਆਉਂਦਾ। ਹਾਂਜੀ, ਨੰਗਲ ਤੋਂ ਵੀ ਆਉਂਦੇ ਆ ਜੀ, ਨੰਗਲ ਤੋਂ ਵੀ ਉਹ ਤਾਂ ਅੱਗੇ ਤੋਂ ਵੀ ਆਉਂਦੇ ਆ ਜੀ।
ਇਹ ਰਾਹ 'ਚ ਫੋਨ ਕਰਦੇ ਸੀ ਆ ਰਹੇ ਸਾਡੇ ਇੰਨੇ ਬਣਾ ਤੋਂ ਸਾਡੇ ਇੰਨੇ ਬਣਾ ਤੋਂ ਕਰਦੇ ਰਹਿੰਦੇ ਆ। ਹਾਂਜੀ, ਬਹੁਤ ਵਧੀਆ ਤੁਹਾਡਾ ਇਹ ਕਾਰੋਬਾਰ ਚੱਲਦਾ ਰਹੇ, ਸੋ ਅੱਛੀ ਗੱਲ ਹੈ। ਇਸ ਤਰ੍ਹਾਂ ਹੀ ਕੁਆਲਿਟੀ ਤੁਸੀਂ ਲੋਕਾਂ ਨੂੰ ਦਿੰਦੇ ਰਹੋ। ਹਾਂਜੀ, ਕੁਆਲਿਟੀ ਬਿਲਕੁਲ ਮੇਨਟੇਨ ਰੱਖੀ ਜਾਊਗੀ, ਇੱਦਾਂ ਹੀ ਚਾਹੇ ਦੋ ਪੈਸੇ ਘੱਟ ਬਚਣੇ ਕੋਈ ਗੱਲ ਨਹੀਂ ਜੀ, ਲੇਕਿਨ ਆਪਣੇ ਲੋਕ ਜੁੜਨਗੇ, ਜਿਹਨੇ ਜ਼ਿਆਦਾ ਲੋਕ ਜੁੜਨਗੇ ਉਹਨੇ ਪੈਸੇ ਜ਼ਿਆਦਾ ਬਚਣਗੇ। ਬਿਲਕੁਲ ਜੀ, ਕੁਆਂਟਿਟੀ ਵੇਚ ਕੇ ਪੈਸੇ ਕਮਾਵਾਂਗੇ, ਨਾ ਕਿ ਕਿਤੇ ਗਾਲਾਂ ਵੱਢ ਕੇ ਜੀ। ਹਾਂਜੀ, ਬਹੁਤ ਵਧੀਆ ਤੁਹਾਡੀਆਂ ਜੋ ਗੱਲਾਂ ਨੇ। ਸੋ ਬਾਬਾ ਗੁਰੂ ਨਾਨਕ ਦੇਵ ਜੀ ਦੀ, ਸ੍ਰੀ ਗੁਰੂ ਨਾਨਕ ਦੇਵ ਜੀ ਬੜੀ ਮਿਹਰ ਰਹੇ ਤੁਹਾਡੇ 'ਤੇ, ਕਿਰਪਾ ਰਹੇ, ਇਸ ਤਰ੍ਹਾਂ ਹੀ ਬਣੀ ਰਹੇ ਕਿਰਪਾ। ਬਸ ਉਹੀ ਬਣਾਉਣੇ ਵਾਲੇ ਤਾਂ ਉਹੀ ਹੈ ਜੀ, ਅਸੀਂ ਸਿਰਫ ਨੌਕਰ ਉਹਨਾਂ ਦੇ ਜੀ। ਰੈਸਪੀ ਤਾਂ ਮੈਂ ਨਹੀਂ ਦੱਸੀ ਵੀ ਹੈ ਜੀ, ਇਹ ਜੋ ਕੁਆਰਾ ਰਹੇ ਆਪਾਂ ਉਹ ਕਰੀ ਜਾਂਦੇ ਹਾਂ, ਅਸੀਂ ਕੁਛ ਨਹੀਂ ਕਰ ਰਹੇ ਜੀ। ਜਿੱਦਾਂ ਉਹ ਕਹਿ ਰਹੇ ਵੀ ਆਪ ਪਾ ਦਿਓ, ਆਹੋ ਭਾਈ ਬਾਬਾ ਨਾਨਕੇ ਪਵਾ ਰਹੇ ਜੀ, ਬਸ ਸਭ ਕੁਝ ਉਹੀ ਕਰਾ ਰਹੇ ਨੇ। ਹਾਂਜੀ, ਬਸ ਆਪਾਂ ਤਾਂ ਇੱਦਾਂ ਨਿਮਾਣੇ ਜੇ ਬਣੇ, ਆਪਸ ਕੀ ਹੋ ਗਿਆ, ਆਪਾਂ ਕੁਛ ਨਹੀਂ ਬਣ ਸਕਦੇ ਉਹਨਾਂ ਦੇ ਬਿਨਾਂ, ਜਦ ਤੱਕ ਉਹ ਕਹਿੰਦੇ ਨਹੀਂ ਜੀ। ਨਹੀਂ ਤਾਂ ਆਪਾਂ ਪਹਿਲਾਂ ਵੀ ਕਰਦੇ ਰਹੇ, ਪਹਿਲਾਂ ਡਰਾਈਵਰੀ ਕਰਦੇ ਰਹੇ, ਠੀਕ ਹੈ ਜੀ। ਹਾਂਜੀ, ਪਹਿਲਾਂ ਡਰਾਈਵਰੀ ਗਏ 30-35 ਸਾਲ ਜੀ, ਠੀਕ ਹੈ ਜੀ। ਜਾਂ ਉਹਨਾਂ ਦੇ ਹੁਕਮ ਹੋਇਆ ਆਪਾਂ ਇੱਧਰ ਆ ਗਏ। ਉਹਨਾਂ ਦੇ ਕਿੰਨੀ ਕੁ ਦੇਰ ਹੋ ਗਈ ਤੁਹਾਨੂੰ ਫਿਰ ਇਸ ਕੰਮ ਦੇ ਵਿੱਚ? ਮੈਨੂੰ ਇੱਥੇ 4.5 ਸਾਲ ਹੋ ਗਏ ਜੀ। ਜੀ ਹਾਂਜੀ, 4 ਸਾਲ 'ਚ ਆਪਣਾ ਕਾਫੀ ਸੋਹਣਾ। 4 ਸਾਲ ਦੇ ਵਿੱਚ ਤੁਸੀਂ ਇੰਨੀ ਵਧੀਆ ਕੁਆਲਿਟੀ ਮਤਲਬ ਕਿ ਲੋਕਾਂ ਨੂੰ, ਗਾਹਕਾਂ ਨੂੰ ਦਿੱਤੀ ਹੈ ਕਿ ਤੁਹਾਡੇ ਪੱਕੇ ਗਾਹਕ ਬਣ ਗਏ। ਸਰ, ਸੋਚ ਹੀ ਇੱਦਾਂ ਦੀ ਹੋਣੀ ਚਾਹੀਦੀ ਕਿ ਆਪਾਂ ਨੇ ਆਪਣੇ ਆਪਣੇ ਬੱਚੇ ਨੂੰ ਖਿਲਾਉਣਾ, ਇਹ ਸੋਚੋ ਹਮੇਸ਼ਾ। ਬਿਲਕੁਲ, ਵੀ ਆਪਣਿਆਂ ਨੂੰ ਇਹ ਖਿਲਾ ਰਹੇ, ਆਪਣਿਆਂ ਨੂੰ ਖਿਲਾ, ਕਿਸੇ ਬਗਾਨੇ ਨੂੰ, ਬਗਾਨੇ ਨੂੰ ਨਹੀਂ ਖਿਲਾ ਰਹੀ, ਉਹੀ ਸੋਚ ਕਰਕੇ ਹੀ ਆਪਾਂ ਚੀਜ਼ ਵਧੀਆ ਦੇ ਰਹੇ ਹਾਂ ਸਾਰੀ ਨੂੰ ਜੀ। ਹਾਂਜੀ, ਓਕੇ। ਸੋ ਬਹੁਤ ਵਧੀਆ ਸੋਚ ਹੈ ਤੁਹਾਡੀ, ਬੜੀ ਅੱਛੀ ਸੋਚ ਹੈ ਤੁਹਾਡੀ। ਸੋ ਸਾਡੀਆਂ ਵੀ ਦੁਆਵਾਂ ਨੇ ਪਰਮਾਤਮਾ ਅੱਗੇ, ਸ਼੍ਰੀ ਗੁਰੂ ਨਾਨਕ ਦੇਵ ਜੀ ਅੱਗੇ, ਕਿ ਤੁਹਾਡਾ ਇਹ ਕਾਰੋਬਾਰ ਵਧੀਆ ਚੱਲਦਾ ਰਹੇ। ਠੀਕ ਹੈ ਸਰ, ਥੈਂਕ ਯੂ ਜੀ।